ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਦੋਸਤੋ ਮੈਗਦੀਪ ਸਿੰਘ ਖਡੂਰ ਸਾਹਿਬ ਖਲਚੀਆਂ ਤੋਂ ਤੇ ਬਲਹਾਰੀ ਕੁਦਰਤ YouTube ਚੈਨਲ ਤੋਂ ਹਾਂਜੀ ਇਹ ਵੀਡੀਓ ਫਾਈਨਲ ਵੀਡੀਓ ਹੈ ਮਲਚਿੰਗ ਵਾਲੀ ਕਣਕ ਦੀ ਤੇ ਆਪਣੇ ਕੋਲ 5.5 ਏਕੜ ਜ਼ਮੀਨ ਹੈਗੀ ਉਹ ਕਟਿੰਗ ਵਗੈਰਾ ਕਰ ਲਈ ਹੈ ਸਾਰੀ ਤੇ ਉਹਦਾ ਰਿਜ਼ਲਟ ਵਗੈਰਾ ਆ ਗਿਆ ਵਾ ਉਸ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਵਗੈਰਾ ਨਹੀਂ ਕੀਤਾ ਤੇ ਉਹ ਕਰ ਲੈਣ ਤੇਉਣ ਵਾਲੀਆਂ ਵੀਡੀਓ ਉਹਨਾਂ ਦੇ ਫੋਨ ਤੱਕ ਪਹੁੰਚਦੀਆਂ ਰਹਿਣ ਸੋ ਆਓ ਜੀ ਸਾਰੀ ਜਾਣਕਾਰੀ ਸਾਂਝੀ ਕਰਦੇ ਆਂ ਆਪਾਂ ਇਹ ਸਭ ਕੁਝ ਸ਼ੁਰੂ ਤੋਂ ਦੇਖਦੇ ਆਂ ਜਿਹੜੇ ਵੀਰ ਨਵੇਂ ਆਏ ਆ ਉਹਨਾਂ ਵਾਸਤੇ ਆ ਇਹ ਸਾਰੀ ਵੀਡੀਓ 121 ਵੈਰੈਟੀ ਹੀ ਝੋਨੇ ਦੀ 20 ਅਕਤੂਬਰ ਨੂੰ ਇਹਦੀ ਕਟਿੰਗ ਕੀਤੀ ਸੀਗੀ ਤੇ 25 ਅਕਤੂਬਰ ਨੂੰ ਛੱਟਾ ਮਾਰਿਆ ਹੈਗਾ ਕਣਕ ਦਾ 40 ਕਿਲੋ ਸੀਡ ਹੀਗਾ 7.5 1734 ਬੀਜ ਹੀਗਾ ਆਪਣੇ ਕੋਲ ਘਰ ਦਾ ਹੀ ਪੁਰਾਣਾ ਪਿਆ 3-4 ਸਾਲ ਪਹਿਲਾਂ ਲਿਆ ਹੈਗਾ ਮਾਰਕੀਟ ਚੋਂ 40 ਕਿਲੋ ਸੀਡ ਦਾ ਛੱਟਾ ਵਾ ਤੇ 50 ਕਿਲੋ ਡੀਏਪ ਦਾ ਖਲੋਤੇ ਖਰਚਿਆਂ ਦੇ ਵਿੱਚ ਛੱਟਾ ਦੇ ਕੇ ਉਸ ਤੋਂ ਬਾਅਦ ਵਿੱਚ ਰੀਪਰ ਫੇਰਿਆ ਗਿਆ 1 2 ਇੰਚ ਉੱਚਾ ਚੁੱਕ ਕੇ ਉਸ ਤੋਂ ਬਾਅਦ ਵਿੱਚ ਵੀਰੋ ਪਰਾਲੀ ਨੂੰ ਖਲਾਰ ਕੇ ਤੇ 28 ਤਰੀਕ ਨੂੰ ਪਾਣੀ ਦਿੱਤਾ ਗਿਆ ਕੁਝ ਹਿੱਸੇ ਨੂੰ 28 ਤਰੀਕ ਨੂੰ ਦਿੱਤਾ ਵਾ ਕੁਝ ਹਿੱਸਾ ਜਿਹੜਾ ਵਾ ਉਹ 2 ਨਵੰਬਰ ਨੂੰ ਆਣ ਕੇ ਬੀਜਿਆ ਪਰਾਲੀ ਖਲਾਰਨ ਤੋਂ ਬਾਅਦ ਵਿੱਚ ਇੱਕ ਪਾਣੀ ਦਿੱਤਾ ਗਿਆ ਉਸ ਤੋਂ ਬਾਅਦ ਵਿੱਚ ਇਹਨੂੰ ਕੋਈ ਵੀ ਪਾਣੀ ਨਹੀਂ ਲੱਗਾ ਸਿਰਫ ਸ਼ੁਰੂਆਤੀ ਦੌਰ ਤੇ ਜਿਹੜਾ ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਆਪਾਂ ਪਾਣੀ ਦਿੱਤਾ ਸੀਗਾ ਗਾਉਣ ਵਾਸਤੇ ਉਹ ਪਾਣੀ ਆਇਆ ਇਹਨੂੰ ਬਾਕੀ ਮੀਆਂ ਦੇ ਸਿਰ ਤੇ ਹੀ ਇਹ ਕਣਕ ਪਲੀ ਹੁਣ ਤੱਕ ਉਸ ਤੋਂ ਇਲਾਵਾ ਜਦੋਂ ਇਹ ਕਣਕ 15 ਦਿਨ ਦੀ ਹਗੀ ਇਹਨੂੰ ਫਿਰ 30 ਕਿਲੋ ਯੂਰੀਆ ਦੀ ਡੋਸ ਦਿੱਤੀ ਗਈ ਜਦੋਂ 30 ਦਿਨ ਦੀ ਹੋ ਗਈ 15 30 ਕਿਲੋ ਫੇਰ ਦਿੱਤੀ ਗਈ ਤੇ 45 ਦਿਨ ਦੀ ਜਦੋਂ ਕਣਕ ਸੀਗੀ ਉਦੋਂ 30 ਕਿਲੋ ਹੋਰ ਦਿੱਤੀ ਗਈ ਸੋ ਕੁੱਲ ਮਿਲਾ ਕੇ 90 ਤੋਂ ਲੈ ਕੇ ਤੇ 100 ਕਿਲੋ ਯੂਰੀਆ ਦੀ ਡੋਸ ਦਿੱਤੀ ਗਈ ਤਿੰਨ ਹਿੱਸਿਆਂ ਦੇ ਵਿੱਚ ਇਹਦੇ ਨਾਲ ਰਿਲੇਟਡ ਤੁਸੀਂ ਪੁਰਾਣੇ ਪਾਰ ਇਸੇ ਚੈਨਲ ਤੇ ਹੈਗੇ ਉਹ ਤੁਸੀਂ ਦੇਖ ਸਕਦੇ ਹੋ ਇਹਦੇ ਟਿੱਲਰਾਂ ਦੀ ਗਿਣਤੀ ਜਿਹੜੀ ਹੈਗੀ ਬਹੁਤ ਜਲਦੀ ਵਧੀ ਹੈ ਜਿਹਦੇ ਕਰਕੇ ਇਹਦੀ ਫਟਾਰਾ ਵਗੈਰਾ ਉਹਨਾਂ ਥਾਵਾਂ ਤੇ ਜ਼ਿਆਦਾ ਹੈ ਜਿੱਥੇ ਦਾਣੇ ਵਿਰਲੇ ਡਿੱਗੇ ਸੀਗੇ ਜਾਂ ਗਾ ਪਾਣੀ ਦੇ ਨਾਲ ਗਲ ਗਏ ਸੀਗੇ ਉੱਥੇ ਇਹਨੇ ਫਟਾਰ ਬਹੁਤ ਲਿਆ ਵਾ ਇਹਦੇ ਕਰੀਬ 10 ਤੋਂ ਲੈ ਕੇ 20 ਵੀ ਟਿੱਲਰ ਤੱਕ ਵੀ ਗਿਣੇ ਗਏ ਸੀਗੇ ਪਰਾળી ਥੱਲੇ ਲਗਾਤਾਰ ਨਮੀ ਰਹਿਣ ਕਰਕੇ ਇਹਨੂੰ ਵਾਰ-ਵਾਰ ਪਾਣੀ ਦੇਣ ਦੀ ਜ਼ਰੂਰਤ ਵੀ ਨਹੀਂ ਪਈ ਨਾਲੇ ਇਹਨਾਂ ਦੇ ਥੱਲੇ ਮੱਕੜੀਆਂ ਤੇ ਹੋਰ ਮਿੱਤਰ ਕੀੜ ਬਹੁਤ ਸਾਰੇ ਵੇਖੇ ਗਏ ਜਿਨ੍ਹਾਂ ਦੇ ਕਰਕੇ ਇਹਦੇ ਵਿੱਚ ਸੁੰਡੀ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ ਸੋ ਇਸ ਤੋਂ ਇਲਾਵਾ ਜਦੋਂ ਕਣਕ ਵੱਡੀ ਹੁੰਦੀ ਗਈ ਤੇ ਇਹਦੇ ਉੱਪਰ ਇੱਕ ਸਪਰੇਅ ਆਪਾਂ ਕੀਤੀ ਸੀਗੀ ਲੱਸੀ ਦੀ ਤੇ ਡੀਕੰਪੋਜ਼ਰ ਦੀ ਜਦੋਂ ਕਣਕ 2 ਮਹੀਨੇ ਦੀ ਹੋ ਚੁੱਕੀ ਸੀਗੀ ਉਸ ਤੋਂ ਇਲਾਵਾ ਇਹਦੇ ਉੱਤੇ ਕੋਈ ਸਪਰੇ ਨਹੀਂ ਕੀਤੀ ਹਰਬੀਸਾਈਡ ਨਾ ਕੋਈ ਇਨਸੈਕਟਿਸਾਈਡ ਤੇ ਨਾ ਹੀ ਕੋਈ ਫੰਗੀਸਾਈਡ ਸਪਰੇ ਦੇ ਤੇ ਕੀਤੀ ਆ ਬਾਜ਼ਾਰ ਤੋਂ ਲਿਆ ਕੇ ਸਿਰਫ ਤੇ ਸਿਰਫ ਘਰ ਦੀ ਬਣੀ ਹੀ ਲੱਸੀ ਤੇ ਡੀਕੰਪੋਜ਼ਰ ਦੀ ਸਪਰੇ ਕੀਤੀ ਗਈ ਆ ਜੇ ਆਪਾਂ ਖਰਚਿਆਂ ਦੀ ਗੱਲ ਕਰੀਏ ਵੀਰੋ ਇਹਦੇ ਉੱਤੇ ਖਰਚਾ ਸਿਰਫ ਆਪਣਾ 150 ਤੋਂ ਲੈ ਕੇ 200 ਰੁਪਿਆ ਖਰਚਾ ਆਵਾ ਤੇਲ ਪਾਣੀ ਦਾ ਹੀ ਜਿਹੜਾ ਰੀਪਰ ਫੇਰਿਆ ਵਾ ਬੰਦੇ ਘਰ ਦੇ ਹੀਗੇ ਉਹਨਾਂ ਨੇ ਛੱਟਾ ਦਿੱਤਾ ਬੰਦਿਆਂ ਨੇ ਪਰਾਲੀ ਖਿਲਾਰੀ ਆਪਣੇ ਘਰ ਦੇ ਹੀਗੇ ਇਸ ਤੋਂ ਬਾਅਦ ਵਿੱਚ ਪਾਣੀ ਵੀ ਹੀ ਆਪ ਖੋਦੀ ਲਾਇਆ ਸੋ ਕੁੱਲ ਮਿਲਾ ਕੇ 200 ਰੁਪਇਆ ਖਰਚਾ ਆਪਾਂ ਗਿਣ ਸਕਦੇ ਹਾਂ ਉਸ ਤੋਂ ਇਲਾਵਾ ਕੋਈ ਖਰਚਾ ਨਹੀਂ ਹੈਗਾ ਪਰਾਲੀ ਵੀ ਸਾਰੀ ਵਿੱਚੇ ਆ ਪਰਾਲੀ ਨੂੰ ਵਾਗਣ ਦੀ ਲੋੜ ਵੀ ਨਹੀਂ ਪਈ ਨਾ ਜ਼ਮੀਨ ਵਾਉਣ ਦੀ ਲੋੜ ਪਈ ਜਿਹੜਾ ਕੰਮ 5000 ਰੁਪਏ ਵਿੱਚ ਹੋਣਾ ਹੈਗਾ ਉਹ ਆਪਣਾ 200 300 ਰੁਪਏ ਦੇ ਵਿੱਚ ਹੀ ਹੋ ਗਿਆ ਜੇਕਰ ਕਿਸੇ ਵੀ ਨੇ ਡਿਟੇਲ ਵਿੱਚ ਜਾਨਣਾ ਹੋਵੇ ਤਾਂ ਇਸੇ ਹੀ ਚੈਨਲ ਦੇ ਉੱਪਰ 5-6 ਵੀਡੀਓ ਇਹਦੇ ਨਾਲ ਰਿਲੇਟਡ ਹੈਗੀਆਂ ਵਾਂ ਜਿਹੜੀਆਂ ਇਹਦੇ ਗਰੋਥ ਬਾਰੇ ਆ ਸਾਰੀਆਂ ਵੱਖ-ਵੱਖਰੇ ਮਹੀਨਿਆਂ ਤੇ ਪਾਉਂਦੇ ਰਹੇ ਆ ਸੋ ਤੁਸੀਂ ਦੇਖ ਸਕਦੇ ਹੋ ਕੋਈ ਵੀ ਗੱਲਬਾਤ ਹੋਵੇ ਤੇ ਤੁਸੀਂ ਜਰੂਰ ਦੱਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੈਂ ਜੀ ਮੈਗਦੀਪ ਸਿੰਘ ਬਦੂਰ ਸਾਹਿਬ ਤੋਂ ਤੇ ਬਲਹਾਰੀ ਕੁਦਰਤ YouTube ਚੈਨਲ ਤੋਂ ਇਹ ਜੀ ਆਪਣੀ ਮਰਚਿੰਗ ਵਿਧੀ ਨਾਲ ਬੀਜੀ ਹੋਈ ਕਣਕ ਹੀ ਗਈ। ਇਹ ਫੂਸਾ ਸਾਰਾ ਹੀ ਝੋਨੇ ਦਾ ਬਿਲਕੁਲ ਹੀ ਗਲ ਸੜ ਗਿਆ ਵਾ ਤੇ ਥੱਲੇ ਆ। ਇਹ ਕਣਕਾ ਆਪਣੀ ਉੱਤੇ ਅੱਜ ਵੜਾ ਰਹੇ ਆ ਜੀ। ਚ ਬਹੁਤ ਸੋਹਣੇ ਦਾਣੇ ਵਗੈਰਾ ਵੀ ਨਿਕਲਦੇ ਪਏ ਆ। ਵਾਕੀ ਦੇਖਦੇ ਆ ਕਿੰਨਾ ਕੁ ਝਾੜ ਰੂ ਇਹਦਾ ਇਹ ਦੋਸਤੋ ਕਣਕ ਵੱਢੀ ਨੂੰ 3 ਦਿਨ ਹੋ ਚੁੱਕੇ ਆ ਤੇ ਆਪਾਂ ਵੇਚ ਵੀ ਆਏ ਮੰਡੀ ਦੇ ਵਿੱਚ ਇਹਦਾ ਪ੍ਰਤੀ ਏਕੜ ਜਿਹੜਾ ਹੈਗਾ ਵਾ ਝਾੜ ਉਹ 24 ਕੁਇੰਟਲ ਤੇ 10 ਕਿਲੋ ਕੰਡੇ ਉੱਪਰ ਜੋਖਿਆ ਗਿਆ ਵਾ ਸੋ ਸਾਢੇ 5 ਏਕੜ ਜ਼ਮੀਨ ਤੇ ਉਸ ਹਿਸਾਬ ਦੇ ਨਾਲ ਕੈਲਕੂਲੇਸ਼ਨ ਕੀਤੀ ਹੈ ਜੀ ਸਾਰੀ ਜ਼ਮੀਨ ਦੀ ਵੀ ਤੇ ਸਾਖਤਾਬ ਦੀ ਤੇ 24 ਕੁਇੰਟਲ ਤੇ 10 ਕਿਲੋ ਦੀ ਆਸਤਾਈ ਆ ਇਸ ਤੋਂ ਇਲਾਵਾ ਜਿਹੜੇ ਇੰਨਾ ਇੰਨਾ ਦਿਨਾਂ ਦੇ ਵਿੱਚ ਹੀ ਜਦੋਂ ਇਹ ਕਣਕ ਬੀਜੀ ਗਈ ਸੀ ਤੇ ਉਦੋਂ ਆਪਾਂ ਵਾਕੇ ਵੀ ਕੁਝ ਥਾਂ ਬੀਜਿਆ ਹੈਗਾ 5-7 ਕਿੱਲੇ ਉਹਨਾਂ ਦੇ ਵਿੱਚ 20 ਕੁਆਂਟਲ ਤੋਂ ਲੈ ਕੇ ਤੇ 22 ਕੁਆਂਟਲ ਤੱਕ ਦੀ ਔਸਤ ਆਈ ਆ ਸੋ ਉਹਨਾਂ ਦੇ ਨਾਲੋਂ ਇਹਦੇ ਵਿੱਚ 2 ਕੁ ਕੁਆਂਟਲ ਦਾ ਫਰਕ ਪਿਆ 2-3 ਕੁਆਂਟਲ ਦਾ ਉਹਦੇ ਪਿੱਛੇ ਰੀਜ਼ਨ ਇਹ ਹੈਗਾ ਕਿ ਜਦੋਂ ਵਾਈ ਕਣਕ ਬੀਜੀ ਸੀਗੀ ਉਦੋਂ ਬਾਰਸ਼ਾਂ ਵਗੈਰਾ ਕਾਫੀ ਪਿੰਦੀਆਂ ਰਹੀਆਂ ਵਾ ਜਿਸ ਦੇ ਕਰਕੇ ਨਦੀਨ ਵਗੈਰਾ ਬਹੁਤ ਜ਼ਿਆਦੇ ਹੋ ਗਏ ਤੇ ਉਹ ਕਾਬੂ ਨਹੀਂ ਹੋਏ ਤੇ ਨਾ ਹੀ ਕੋਈ ਹਰਪੀਸ ਐਡ ਉਹਨਾਂ 'ਤੇ ਸਪਰੇਅ ਕੀਤੀ ਹੈਗੀ ਜਿਸ ਦੀ ਵਜ੍ਹਾ ਕਰਕੇ ਉਹਨਾਂ 'ਚ ਥੋੜੀ-ਬਹੁਤੀ ਇਹ ਦਿੱਕਤ ਆਈ ਹੈਗੀ ਤੇ ਨਾਲੇ ਕਣਕਾਂ ਜਿਹੜੀ ਹੈਗੀ ਘਟ ਉੱਗੀ ਸੀ ਬਟ ਇਹਦੇ ਵਿੱਚ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਇਹਦੇ ਵਿੱਚ 2-3 ਕੁਇੰਟਲ ਆਪਣਾ ਝਾੜ ਵਧ ਨਿਕਲਿਆ ਇਸ ਸਾਲ ਸੋ ਉਮੀਦ ਕਰਦੇ ਹਾਂ ਜੀ ਸਾਰੇ ਯਾਰਾ ਦੋਸਤਾਂ ਨੂੰ ਵੀਡੀਓ ਵਧੀਆ ਲੱਗੀ ਹੋਗੀ ਤੇ ਅਗਲੇ ਵਰੀ ਤੁਸੀਂ ਸਾਰੇ ਇਕ ਥਾਂ ਜਿਹੜਾ ਹੈਗਾ ਵਾ ਜਰੂਰ ਦੋ ਚਾਰ ਕਿੱਲੇ ਇਹਦੇ ਤਕਨੀਕ ਦੇ ਵਿੱਚੋਂ ਤੇ ਆਪਣਾ ਆਪੋ ਆਪਣੇ ਏਰੀਏ ਦੇ ਵਿੱਚ ਸਾਗਤਾਬ ਦੇਖੋ ਇਹਦੇ ਚੌੜ ਦਾ ਤੂੜੀ ਵੀਰਾ ਬੰਦੀ ਪਈ ਆ ਆਪਣੀ ਅੱਖਾਂ ਨਾਲ ਦੇਖ ਲੋ ਜਿਹੜੇ ਵੀ ਰੰਦੇ ਆ ਵੀ ਪਰਾਲੀ ਅੜਦੀ ਆ ਜੇ ਉਹ ਜੂ ਕੋਈ ਨਹੀਂ ਹੁੰਦਾ ਪੌਣੇ ਤਿੰਨ ਟਰਾਲੀਆਂ ਜਿਹੜੀਆਂ ਹੈਗੀਆਂ ਵਾ ਇਹਦੇ ਵਿੱਚ ਤੂੜੀ ਦੀਆਂ ਨਿਕਲੀਆਂ ਆ ਢਾਈ 2 ਟਰਾਲੀਆਂ ਤੋਂ ਉੱਪਰ ਨਿਕਲਦੀ ਆ ਤੂੜੀ ਸੋ ਤੂੜੀ ਬਣਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਜ਼ਮੀਨ ਥੱਡੀ ਜਿਹੜੀ ਹੈਗੀ ਆ ਉਹਦੇ ਵਿੱਚ ਪਰਾਲੀ ਥੱਲੇ ਹੀ ਰਹਿੰਦੀ ਆ ਤੂੜੀ ਵਿੱਚ ਨਹੀਂ ਕੁਝ ਵੀ ਆਉਂਦਾ ਸੋ ਅਗਲੇ ਸਾਲ ਦੋਸਤੋ ਜਿੰਨਾ ਵੀ ਹੋ ਸਕੇ ਜਰੂਰ ਮਲਚਿੰਗ ਵਾਲੀ ਕਣਕ ਬੀਜੋ ਜਿਹੜੇ ਵੀ ਨਵੇਂ ਆਏ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਪ੍ਰੈਸ ਕਰ ਲੈਣ ਤਾਂ ਜੋ ਉਹਨਾਂ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚ ਸਕਣ ਜੇ ਵੀਡੀਓ ਵਧੀਆ ਲੱਗੇ ਹੋ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਧੰਨਵਾਦ